ਜਨਮ ਸਮੇਂ ਪੱਥਰ ਕਹਿ ਕੇ ਪੁਕਾਰਿਆ ਗਿਆ ਸੀ ਕਿ ਪੱਥਰ ਆ, ਤੇ ਅੱਜ ਉਸੇ ਹੀ ਪੱਥਰ ਨੂੰ ਕਹਿੰਦੇ ਪੱਥਰ ਚਮਕਿਆ ਹੀਰੇ ਵਾਂਗੂ ਤਰਾਸ਼ਿਆ ਗਿਆ ਉਹ ਪੱਥਰ। ਪਦਮਸ਼੍ਰੀ ਅਵਾਰਡ ਚੰਗਾ ਹੈ ਜਾਂ ਨਿਰਮਲ ਰਿਸ਼ੀ ਹੋਣਾ ਲਈ ਕੁਛ ਇਸ ਤੋਂ ਵੀ ਵਧੀਆ, ਕੁਛ ਹੋਰ ਇਸ ਤੋਂ ਵੀ ਚੰਗਾ ਹੈਗਾ ਕੁਛ? ਅਵਾਰਡ ਤੋਂ ਜ਼ਿਆਦਾ ਚੰਗਾ ਜ਼ਿੰਦਗੀ ਹੈ, ਅੱਛੇ ਲੋਕਾਂ ਦਾ ਭਲਾ ਕਰੀਏ। ਪਦਮਸ਼੍ਰੀ ਅਵਾਰਡ ਜੇਕਰ ਗੱਲ ਕੀਤੀ ਜਾਵੇ, ਜਦੋਂ ਤੁਹਾਨੂੰ ਤੁਸੀਂ ਦੱਸਿਆ ਕਿ ਫੋਨ ਆਇਆ, ਪਹਿਲਾਂ ਤਾਂ ਮੈਨੂੰ ਲੱਗਾ ਕੋਈ ਫਰਾਡ ਆ। ਹੱਦ ਤੱਕ ਸੋਚਿਆ ਨਹੀਂ ਸੀ ਨਾ, ਜਿਹੜੀ ਚੀਜ਼ ਸੋਚੋ ਨਾ ਅਚਨਚੇਤ ਹੋ ਜਾਏ ਫਿਰ ਉਹਦਾ ਲੱਗਦਾ ਹੁੰਦਾ ਵੀ। ਪੜ੍ਹਾਈ ਦੇ ਦੌਰਾਨ ਜਿਵੇਂ ਥੀਏਟਰ ਕਰਨਾ, ਕਈ ਵਾਰੀ ਹੁੰਦਾ ਉਸ ਸਮਾਂ ਏਦਾਂ ਦਾ ਸੀ ਕਿ ਲੜਕੀਆਂ ਨੂੰ ਇਸ ਥੀਏਟਰ ਵਾਲੀ ਸਾਈਡ ਤੇ ਨਹੀਂ ਆਉਣ ਦਿੱਤਾ ਜਾਂਦਾ। ਮਾਤਾ ਜੀ ਨਿਰਮਲ ਰਿਸ਼ੀ ਹੋਣਾ ਨੇ ਵਿਆਹ ਕਿਉਂ ਨਹੀਂ ਕਰਵਾਇਆ? ਚੰਗਾ ਹੀ ਨਹੀਂ ਲੱਗਦਾ ਸੀਗਾ ਵਿਆਹ ਕਰਾਉਣਾ। ਮੈਂ ਕਿਹਾ ਸੀ ਮੈਂ ਆਪਣੀ ਜ਼ਿੰਦਗੀ ਆਪ ਯੂਜ਼ ਕਰੂੰਗੀ, ਆਪ ਕਰੂੰਗੀ। ਅੱਛਾ, ਝਟਕਾ ਮਾਰ ਦਿੰਦੇ ਹੋ ਐਮੀ ਵਿਰਕ ਨੂੰ, ਦੀਪੀ ਗਰੇਵਾਲ ਨੂੰ, ਸੋਨਮ ਬਾਜਵਾਣਾ ਨੂੰ ਕਦੇ ਸੈੱਟ ਦੇ ਉੱਤੇ ਝਟਕਾ ਮਾਰ ਦਿੱਤੀਆਂ ਹੁਣ ਕਾਲਜ ਟਾਈਮ? ਕਦੇ ਨਿਰਮਲ ਰਿਸ਼ੀ ਉਹਨਾਂ ਨੂੰ ਉੱਤੇ ਇਸ਼ਕ ਹੋਇਆ? ਅੱਛਾ, ਕੱਲ੍ਹ ਜਦੋਂ ਤੁਹਾਨੂੰ ਪਦਮ ਸ਼੍ਰੀ ਅਵਾਰਡ ਮਿਲਿਆ, ਦਿਲ ਦੇ ਵਿੱਚ ਕੀ ਚੱਲ ਰਿਹਾ, ਮਨ ਦੇ ਵਿੱਚ ਕੀ ਚੱਲ ਰਿਹਾ? ਕੁਛ ਨਹੀਂ, ਜਿਵੇਂ ਸਾਊਥ ਦਾ ਸਿਨੇਮਾ ਬਹੁਤ ਅੱਪ ਹੋ ਰਿਹਾ ਹੈ, ਪੰਜਾਬ ਦਾ ਸਿਨੇਮਾ ਵੀ ਅੱਪ ਹੋਊਗਾ। ਬੜੇ ਮੁੰਡੇ ਬਹੁਤ ਮਿਹਨਤੀ ਹੈ, ਮਿਹਨਤ ਨਾਲ ਕੰਮ ਕਰ ਰਹੇ ਨੇ, ਸਾਰੇ ਪ੍ਰੋਡਿਊਸਰ ਵੀ ਮਤਲਬ ਸਭ ਧਿਆਨ ਰੱਖਦੇ ਨੇ। ਬਹੁਤ ਪੰਜਾਬ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬੀਤੇ ਦਿਨੀ ਪੰਜਾਬ ਦੇ ਮਾਣ ਜਿਹੜੇ ਕਿ ਮਾਤਾ ਜੀ ਨਿਰਮਲ ਰਿਸ਼ੀ ਹੋਣਾ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਆ ਗਿਆ ਹੈ। ਕੱਲ੍ਹ ਪਦਮ ਸ਼੍ਰੀ ਅਵਾਰਡ ਉਹਨਾਂ ਨੂੰ ਮਿਲਿਆ ਨੇ। ਸਾਡੇ ਨਾਲ ਪਦਮ ਸ਼੍ਰੀ ਨਿਰਮਲ ਕੌਰ ਰਿਸ਼ੀ ਹੋਣੀ ਸਾਡੇ ਨਾਲ ਨੇ। ਮੈਡਮ, ਪਹਿਲਾਂ ਤਾਂ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ। ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਪਦਮ ਸ਼੍ਰੀ ਅਵਾਰਡ ਤੁਹਾਨੂੰ 80 ਸਾਲ ਦੀ ਉਮਰ ਦੇ ਵਿੱਚ ਮਿਲਿਆ ਹੈ? ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ, ਮੇਰੇ ਕੰਮ ਦੀ ਕਦਰ ਪਈ ਹੈ, ਪਰ ਬਹੁਤ ਹੀ ਜ਼ਿਆਦਾ ਅੱਛਾ ਮਹਿਸੂਸ ਹੋ। ਅੱਛਾ, ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਨਾਲ, ਮੈਂ ਵੀ ਪੜ੍ਹਿਆ ਕਿ ਤੁਹਾਨੂੰ ਜਦੋਂ ਜਨਮ ਸਮੇਂ ਪੱਥਰ ਕਹਿ ਕੇ ਪੁਕਾਰਿਆ ਗਿਆ ਸੀ ਕਿ ਪੱਥਰ ਆ, ਤੇ ਅੱਜ ਉਸੇ ਹੀ ਪੱਥਰ ਨੂੰ ਕਹਿੰਦੇ ਪੱਥਰ ਚਮਕਿਆ ਹੀਰੇ ਵਾਂਗੂ ਤਰਾਸ਼ਿਆ ਗਿਆ ਉਹ ਪੱਥਰ? ਉਹ ਫਿਰ ਉਸ ਵੇਲੇ ਦੀਆਂ ਗੱਲਾਂ ਹੋਰ ਸੀ ਜੀ, ਉਹ ਆਪਦੇ ਥਾਂ ਠੀਕ ਸੀਗੇ, ਕਿਉਂਕਿ 2-3 ਦਿਨ ਕੁੜੀਆਂ ਹੋ ਜਾਣੇ, ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਪਸੰਦ ਸੀ। ਫਿਰ ਮੇਰੇ ਦਾਦਾ ਜੀ ਨੇ ਕਿਹਾ ਵੀ ਪੱਥਰ ਜਾਂਦਾ, ਪਰ ਸ਼ੁਕਰ। ਅੱਛਾ, ਕਿਵੇਂ ਉਹ ਥੋੜ੍ਹਾ ਸਮਾਂ ਸਾਡੇ ਨਾਲ ਵੀ ਜ਼ਿਕਰ ਕਰੋ ਸਮੇਂ ਦੀ, ਕਿ ਉਹ ਕਿਹੜੇ ਸੰਘਰਸ਼, ਜਿਹੜੇ ਸੰਘਰਸ਼ਾਂ ਚੋਂ ਨਿਕਲ ਕੇ ਅੱਜ ਪਦਮ ਸ਼੍ਰੀ ਅਵਾਰਡ ਤੱਕ ਪਹੁੰਚੋ, ਤੁਹਾਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜਿਆ ਗਿਆ ਹੈ? ਇਹਨੂੰ ਸੰਘਰਸ਼ ਕਹਿ ਲਓ, ਕੰਮ ਕਹਿ ਲਓ, ਮੈਂ ਤਾਂ ਕੰਮ ਹੀ ਕਰਦੀ ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਮੈਂ ਇਹਨੂੰ ਸੰਘਰਸ਼ ਕਰਾਂ, ਕਿਉਂਕਿ ਜੇ ਸੰਘਰਸ਼ ਨਹੀਂ ਤਾਂ ਜ਼ਿੰਦਗੀ ਹੈ ਨਹੀਂ, ਫਿੱਕੀ ਹੈ ਜ਼ਿੰਦਗੀ, ਕਿਉਂਕਿ ਚੰਗਾ ਮਾੜਾ ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ, ਚੰਗੇ 'ਚੋਂ ਵੀ ਨਿਕਲਿਆ ਮਾੜੇ 'ਚੋਂ ਵੀ ਨਿਕਲਿਆ, ਜੇ ਸੰਘਰਸ਼ ਨਾ ਹੁੰਦਾ ਤਾਂ ਫਿਰ ਇੱਥੇ ਤੱਕ ਪਹੁੰਚ ਵੀ ਨਹੀਂ ਸਕਦੀ ਸੀ। ਤੁਹਾਡੇ ਸਭ ਤੋਂ ਚੰਗਾ ਕੀ ਹੈ, ਪਦਮ ਸ਼੍ਰੀ ਅਵਾਰਡ ਚੰਗਾ ਹੈ ਜਾਂ ਨਿਰਮਲ ਰਿਸ਼ੀ ਹੋਣਾ ਲਈ, ਕੁਛ ਇਸ ਤੋਂ ਵੀ ਵਧੀਆ, ਕੁਛ ਹੋਰ ਇਸ ਤੋਂ ਵੀ ਚੰਗਾ ਹੈਗਾ ਕੁਛ? ਬਸ ਅਵਾਰਡ ਵੀ ਚੰਗਾ, ਕਿਉਂਕਿ ਰਿਕੋਗਨੀਸ਼ਨ ਹੋਈ ਹੈ, ਹਰ ਬੰਦਾ ਚਾਹੁੰਦਾ ਹੈ ਮੇਰੇ ਕੰਮ ਨੂੰ ਐਪਰੀਸ਼ੀਏਟ ਕੀਤਾ, ਤੇ ਇਸ ਤੋਂ ਵੱਧ ਤਾਂ ਮੈਂ ਹੋਰ ਕੁਛ ਨਹੀਂ ਚਾਹੁੰਦਾ। ਚੰਗਾ ਕੀ ਹੈ ਤੁਹਾਡੇ ਲਈ, ਅਵਾਰਡ ਤੋਂ ਵੀ ਚੰਗਾ ਕੀ ਹੈ? ਅਵਾਰਡ ਤੋਂ ਜ਼ਿਆਦਾ ਚੰਗਾ ਜ਼ਿੰਦਗੀ ਹੈ, ਅੱਛੇ ਤਰ੍ਹਾਂ ਰਹੀਏ, ਅੱਛੇ ਲੋਕਾਂ ਦਾ ਭਲਾ ਕਰੀਏ, ਇਨਸਾਨੀਅਤ ਦੇ ਰੂਪ ਵਿੱਚ ਲੋਕਾਂ ਦੇ ਕੰਮ ਆਈਏ।
ਅੱਛਾ ਪਦਮ ਸ਼੍ਰੀ ਅਵਾਰਡ ਜੇਕਰ ਗੱਲ ਕੀਤੀ ਜਾਵੇ, ਜਦੋਂ ਤੁਹਾਨੂੰ ਤੁਸੀਂ ਦੱਸਿਆ ਕਿ ਫੋਨ ਆਇਆ ਪਹਿਲਾਂ ਤਾਂ ਮੈਨੂੰ ਲੱਗਾ ਕੋਈ ਫਰਾਡ ਆ, ਤੇ ਇਸੇ ਤਰੀਕੇ ਨਾਲ ਹੀ ਪਦਮ ਸ਼੍ਰੀ ਜਨਾਬ ਪੂਰਨ ਚੰਦ ਵਡਾਲੀ ਹੋਣਾ ਬਾਰੇ ਵੀ ਇਹੀ ਆਉਂਦਾ, ਜਦੋਂ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੀ ਚਿੱਠੀ ਆਈ ਉਹ ਸਿਰਾਣੇ ਥੱਲੇ ਰੱਖ ਦਿੱਤੀ ਸੀ, ਤੇ ਉਹ ਪੰਜਾਬ ਦੇ ਕਲਾਕਾਰਾਂ ਨੂੰ ਇਹ ਲੱਗਦਾ ਕਿ ਸਾਡੇ ਵੀ ਸਾਨੂੰ ਮਿਲਣਾ ਹੀ ਨਹੀਂ ਜਾ ਕਿਵੇਂ ਇਹਦਾ ਕਦੇ ਨਹੀਂ, ਮੈਂ ਮਤਲਬ ਇਸ ਹੱਦ ਤੱਕ ਸੋਚਿਆ ਨਹੀਂ ਸੀ ਨਾ, ਜਿਹੜੀ ਚੀਜ਼ ਸੋਚੋ ਨਾ ਅਚਨਚੇਤ ਹੋ ਜਾਏ ਫਿਰ ਉਹਦਾ ਲੱਗਦਾ ਹੁੰਦਾ ਵੀ, ਪਹਿਲਾਂ ਤਾਂ ਮੈਨੂੰ ਇਹ ਲੱਗਿਆ ਵੀ ਕਿਵੇਂ ਝੂਠੇ ਲੋਕ ਬਹੁਤ ਅਜੀਬ ਜਿਹੇ ਹੈਗੇ, ਕਿਤੇ ਹੋਰ ਹੀ ਗੱਲਾਂ ਨਾ ਬਣਾਉਣ ਲੱਗ ਜਾਣ, ਉਹਨੇ ਕਹਿੰਦੇ ਤੇ ਵਿੱਚ ਪੈਰੀ, ਫਿਰ ਦੋ ਤਿੰਨ ਵਾਰੀ ਜਦੋਂ ਫੋਨ ਆਇਆ ਫਿਰ ਮੈਨੂੰ ਕਿਸੇ ਨੇ ਹੋਰ ਕਿਹਾ ਵੀ ਭੈਣ ਜੀ ਤੁਸੀਂ ਗੱਲ ਕਰ ਲਓ, ਫਿਰ ਮੈਂ ਉਹਨਾਂ ਨਾਲ ਗੱਲ ਕੀਤੀ। ਅੱਛਾ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕਿ ਬਾਅਦ ਵਿੱਚ ਕਿਸ ਤਰ੍ਹਾਂ ਗੱਲ ਹੋਈ ਕਿ ਜਿਹੜਾ ਅਵਾਰਡ ਲਈ ਤੁਹਾਨੂੰ ਸਨਮਾਨਿਤ ਕਰਨਾ ਹੈ, ਤੁਹਾਨੂੰ ਅਵਾਰਡ ਮਿਲਣਾ ਹੈ, ਤੁਸੀਂ ਕਿਰਪਾ ਗੱਲ ਕਰੋ। 25 ਜਨਵਰੀ ਨੂੰ ਪਤਾ ਲੱਗਿਆ ਜੀ, ਤੇ ਉਹ ਗ੍ਰਹਿ ਮੰਤਰਾਲੇ ਤੋਂ ਮੈਨੂੰ ਫੋਨ ਆਇਆ ਵੀ ਤੁਹਾਨੂੰ ਪਦਮ ਸ਼੍ਰੀ ਅਵਾਰਡ ਵਾਸਤੇ ਸਿਲੈਕਟ ਕੀਤਾ ਜਾ ਰਿਹਾ ਹੈ, ਇਹ ਮੈਨੂੰ ਬਹੁਤ ਅੱਛਾ ਲੱਗਿਆ। ਅੱਛਾ ਜੀਵਨ ਦੇ ਸੰਘਰਸ਼ ਬਾਰੇ ਸਾਡੇ ਦਰਸ਼ਕਾਂ ਨਾਲ ਜ਼ਰੂਰ ਚਾਨਣਾ ਪਾਓਗੇ, ਕਿਵੇਂ ਜਦੋਂ ਤੁਹਾਨੂੰ ਕਿਹਾ ਗਿਆ ਪੱਥਰ ਹੈ, ਕਹਿੰਦੇ ਕਿ ਪਟਵਾਰੀ ਤੋਂ ਬਾਅਦ ਤੁਹਾਡਾ ਨਾਮ ਰੱਖਿਆ ਨਿਰਮਲਾ ਰੱਖਿਆ ਗਿਆ, ਉਹ ਚੀਜ਼ਾਂ ਇੱਕ ਵਾਰ ਜ਼ਰੂਰ ਦੱਸ ਦਿਓ। ਉਹ ਬਸ ਠੀਕ ਹੈ, ਨਾਂ ਨਹੀਂ ਰੱਖਿਆ ਸੀਗਾ ਮੈਨੂੰ, ਤੇ ਫਿਰ ਪਟਵਾਰੀ ਆਇਆ ਕਹਿੰਦਾ ਕੀ ਨਾਂ ਹੈ, ਫਿਰ ਉਹਨੇ ਕਿਹਾ ਜੀ ਇਹਦਾ ਨਾਂ ਨਹੀਂ ਅਸੀਂ ਕਹਿੰਦੇ ਹਾਂ, ਕਹਿੰਦਾ ਜੀ ਇਹਦੇ ਨਾਲ ਨਿਰਮਲਾ, ਨਿਰਮਲ ਤੋਂ ਫਿਰ ਨਿਰਮਲਾ ਤੋਂ ਨਿਰਮਲ ਹੋ ਗਿਆ। ਤੇ ਉਸ ਤੋਂ ਬਾਅਦ ਫਿਰ ਤੁਸੀਂ ਰਾਜਸਥਾਨ ਦੇ ਵਿੱਚ ਸਾਰੀ ਪੜ੍ਹਾਈ ਕੀਤੀ? ਪੜ੍ਹਾਈ ਹਾਂਜੀ, ਮੇਰੇ ਭੂਆ ਜੀ ਸੀ ਇੱਥੇ, ਸਾਡੇ ਪਿੰਡ ਪੜ੍ਹਾਈ ਨਹੀਂ ਸੀ ਨਾ ਵੱਡੇ ਕੀ ਵਿੱਚ, ਫਿਰ ਨਾਲੇ ਕੋਈ ਸਾਡਾ ਟੱਬਰ ਹੀ ਪੜ੍ਹਿਆ ਹੋਇਆ ਸੀ, ਫਿਰ ਮੇਰੇ ਭੂਆ ਜੀ ਮੈਨੂੰ ਲੈ ਗਏ ਸੀ ਉੱਥੇ ਜਾ ਕੇ। ਅੱਛਾ ਪੜ੍ਹਾਈ ਦੇ ਦੌਰਾਨ ਜਿਵੇਂ ਥੀਏਟਰ ਕਰਨਾ, ਕਈ ਵਾਰੀ ਹੁੰਦਾ ਕਿ ਉਸ ਸਮਾਂ ਇੱਦਾਂ ਦਾ ਸੀ ਕਿ ਲੜਕੀਆਂ ਨੂੰ ਇਸ ਥੀਏਟਰ ਵਾਲੀ ਸਾਈਡ ਤੇ ਨਹੀਂ ਆਉਣ ਦਿੱਤਾ ਜਾਂਦਾ, ਉਹ ਸਮਾਂ ਕਿਵੇਂ ਦਾ ਸੀ? ਮੇਰੇ ਨਾਲ ਬੇਟੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਮੈਂ ਕਿਉਂਕਿ ਮੈਂ ਜੋ ਕੁਛ ਵੀ ਕਰਦੀ ਸੀ ਆਪਦੇ ਘਰਦਿਆਂ ਨੂੰ ਪੁੱਛ ਕੇ ਦੱਸ ਕੇ ਕਰਦੀ ਸੀ, ਫਿਰ ਉਹਨਾਂ ਨੇ ਕੋਈ ਇਤਰਾਜ਼ ਵੀ ਨਹੀਂ ਕੀਤਾ ਵੀ ਜੋ ਕੁਛ ਵੀ ਕਰਦੀ ਹੈ ਠੀਕ ਹੀ ਕਰਦੀ ਹੈ, ਕਿਉਂਕਿ ਜਿੱਦਾਂ ਜਾਣਾ ਆਉਣਾ ਡਰਾਮੇ 'ਚ ਪਾਰਟੀਸਪੇਟ ਕਰਨਾ ਹੋਰ ਕਰਨਾ ਉਹਨੂੰ ਅੱਛਾ ਲੱਗਦਾ ਸੀ। ਅੱਛਾ ਮੈਂ ਨਿੱਜੀ ਜ਼ਿੰਦਗੀ 'ਤੇ ਵਿਆਹ ਗਿਆ, ਮਾਤਾ ਜੀ ਨਿਰਮਲ ਰਿਸ਼ੀ ਉਹਨਾਂ ਨੇ ਵਿਆਹ ਕਿਉਂ ਨਹੀਂ ਕਰਵਾਇਆ? ਇਹ ਕੋਈ ਰੀਜ਼ਨ ਨਹੀਂ, ਮੈਂ ਸ਼ੁਰੂ ਤੋਂ ਹੀ ਕਰਵਾਉਣਾ ਨਹੀਂ ਚਾਹੁੰਦੀ ਸੀ, ਮੈਂ ਭੀੜ 'ਚ ਨਹੀਂ ਰਲਣਾ ਚਾਹੁੰਦੀ ਸੀ। ਕਾਲਜ ਟਾਈਮ ਕਈ ਵਾਰੀ ਇਹ ਹੁੰਦਾ ਕਿ ਜਿਵੇਂ ਅੜਬਪਣਾ ਤੁਹਾਡਾ ਬੜਾ ਅੜਬਪਣਾ ਨਹੀਂ, ਮੈਨੂੰ ਚੰਗਾ ਹੀ ਨਹੀਂ ਲੱਗਦਾ ਸੀਗਾ ਵਿਆਹ ਕਰਾਉਣਾ, ਮੈਂ ਕਿਹਾ ਸੀ ਮੈਂ ਆਪਣੀ ਜ਼ਿੰਦਗੀ ਆਪ ਲੀਡ ਕਰੂੰਗੀ ਆਪ ਕਰੂੰਗੀ। ਸਰ ਅੜਬ ਬੇਬੇ ਕਿਹਾ ਜਾਂਦਾ ਕਾਲਜ ਦੇ ਵਿੱਚ ਵੀ ਇਸ ਤਰ੍ਹਾਂ ਇਦਾਂ ਤਰੀਕੇ ਨਾਲ ਅੜਬ ਸੀ? ਨਹੀਂ ਨਹੀਂ ਨਹੀਂ, ਡਿਸੇਬਿਲਿਟੀ ਕਰਕੇ ਹੋ ਜਾਂਦਾ ਸੀ ਮੇਰਾ ਵੈਸੇ ਮੈਂ। ਅੱਛਾ ਝਟਕਾ ਮਾਰ ਦਿੰਦੇ ਹੋ ਐਮੀ ਵਿਰਕ ਨੂੰ, ਗਿੱਪੀ ਗਰੇਵਾਲ ਨੂੰ, ਸੋਨਮ ਬਾਜਵਾਣਾ ਨੂੰ, ਕਦੇ ਸੈੱਟ ਦੇ ਉੱਤੇ ਝਟਕਾ ਮਾਰ ਦਿੱਤੀਆਂ ਹੁਣ? ਨਹੀਂ ਨਹੀਂ, ਇਹ ਜੀ ਕੋਈ ਨੌਬਤੀ ਨਹੀਂ ਆਈ। ਤੁਹਾਨੂੰ ਤੰਗ ਕਰਦੇ ਨੇ? ਨਹੀਂ ਨਹੀਂ, ਬਹੁਤ ਅੱਛੇ ਮੁੰਡੇ ਆ, ਬਹੁਤ ਅੱਛੇ। ਸ਼ਰਾਰਤ ਨਾਲ ਤੰਗ ਕਰਦੇ ਹੁਣ ਬੇਬੇ ਕਹਿ ਕੇ ਮਾਂ ਦੇ ਰੂਪ ਦੇ ਵਿੱਚ ਕਿ ਜਿਵੇਂ ਮਾਂ ਨਾਲ ਤੰਗ ਕਰ ਲਈਦਾ? ਉਹ ਤਾਂ ਫਿਰ ਐਕਸੈਪਟ ਕਰ ਲਈਦੇ ਨੇ ਬੱਚੇ ਆ। ਹਾਂ ਐਮੀ ਕਰਦੇ ਤੰਗ ਤੁਹਾਨੂੰ? ਹਾਂ ਸਾਰੇ ਕਹਿ ਕਰਦੇ ਆ, ਪਰ ਮੈਨੂੰ ਅੱਛਾ ਲੱਗਦਾ। ਅੱਛਾ ਲੱਗਦਾ। ਅੱਛਾ ਮੈਂ ਉਹ ਜ਼ਿਕਰ ਕਰਨਾ ਚਾਹੁੰਦਾ ਨਿੱਜੀ ਜ਼ਿੰਦਗੀ ਦਾ, ਜਿਵੇਂ ਕਰੇ ਕਾਲਜ ਟਾਈਮ, ਕਦੇ ਨਿਰਮਲ ਰਿਸ਼ੀ ਉਹਨਾਂ ਨੂੰ ਉੱਤੇ ਇਸ਼ਕ ਹੋਇਆ ਕਦੇ ਕਾਲਜ ਟਾਈਮ? ਇਹੋ ਜਿਹੀ ਕੋਈ ਗੱਲ ਨਹੀਂ, ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਹਾਂ ਕਿਉਂਕਿ ਹੁਣ ਨਵੇਂ ਮੁੰਡੇ ਕੁੜੀਆਂ ਸਾਡੇ ਕੋਲ ਇਹ ਜਿਹਾ ਹਿਸਾਬ ਦਾ ਹੁੰਦਾ ਹੀ ਨਹੀਂ ਸੀ ਕਦੇ, ਕਿ ਕਾਲਜ ਕਿਵੇਂ ਮੁੰਡੇ ਨੂੰ ਤੰਗ ਕੀਤਾ? ਨਹੀਂ ਨਹੀਂ, ਕਿਸੇ ਨੇ ਨਹੀਂ, ਨਿਰੋਲ ਹੀ ਰਹੀ ਹਾਂ। ਅੱਛਾ ਜਦੋਂ ਪੜ੍ਹ ਲੱਗੇ ਇੱਧਰ ਇਧਰਲੀ ਸਾਈਡ ਤੇ ਆ ਗਏ ਤੁਸੀਂ, ਡਰਾਮੇ ਵਾਲੀ ਸਾਈਡ ਤੇ ਆ ਗਏ, ਡਰਾਮੇ ਕਰ ਲੱਪੇ, ਨਾਟਕ ਕਰ ਲੱਪੇ, ਉਸ ਉਦੋਂ ਫਿਰ ਪਰਿਵਾਰ ਦਾ ਰਵੱਈਆ ਕੀ ਸੀ? ਠੀਕ ਸੀ, ਕੋਈ ਕੁਛ ਨਹੀਂ ਆਖਿਆ, ਕੋਈ ਨਹੀਂ ਬੋਲਿਆ, ਕੁਛ ਨਹੀਂ, ਕਿਸੇ ਨੇ ਕੁਛ ਵੀ ਨਹੀਂ ਕਿਹਾ, ਕੁਛ ਠੀਕ ਹੈ, ਕਿਉਂਕਿ ਮੇਰਾ ਪਰਸਨਲ ਰਿਲੇਸ਼ਨ ਸੀ ਸਾਰੇ ਡਰਾਮੇ ਵਾਲੇ ਨਾਲ ਵੀ, ਘਰ ਵਾਲੇ ਨਾਲ ਵੀ, ਘਰਦੇ ਆਉਂਦੇ ਜਾਂਦੇ ਹੁੰਦੇ ਸੀ। ਹੁਣ ਪਰਿਵਾਰ ਦੇ ਵਿੱਚ ਕੌਣ ਕੌਣ? ਹੁਣ ਤਾਂ ਮੇਰਾ ਛੋਟਾ ਬ੍ਰਦਰ ਹੈ, ਵੱਡਾ ਬ੍ਰਦਰ ਹੈ, ਇੱਕ ਡੈਥ ਹੋ ਗਈ, ਬਸ ਮੇਰੇ ਨੈਫਿਊ ਹੈ। ਅੱਛਾ ਪਹਿਲੀ ਫਿਲਮ ਤੁਹਾਡੀ ਬੜੀ ਮਸ਼ਹੂਰ ਹੈ, ਉਸ ਫਿਲਮ ਦੇ ਵਿੱਚ ਨਿਰਮਲ ਰਿਸ਼ੀ ਨੂੰ ਕਿੰਨੇ ਪੈਸੇ ਮਿਲੇ ਸੀ? ਨਹੀਂ ਉਹ ਅਸੀਂ ਪੈਸੇ ਕਿਸੇ ਨੂੰ ਨਹੀਂ,
ਪੈਸੇ ਨਹੀਂ ਮਿਲਦੇ ਸੀ। ਕਦੇ ਪੈਸੇ ਮਿਲਦੇ ਹੁੰਦੇ ਸੀ, ਹੁਣ ਤਾਂ ਚਲੋ ਬਹੁਤ ਬਜਟ ਵੀ ਕਾਫੀ ਵੱਧ ਗਿਆ, ਤੇ ਉਦੋਂ ਕਿੰਨੇ ਕਿੰਨੇ ਪੈਸੇ ਮਿਲਦੇ ਹੁੰਦੇ ਸੀ? ਹੈ ਹੀ ਨਹੀਂ ਸੀ, ਕੋਈ ਫਿਲਮ ਇਹ ਜੀ ਕੀਤੀ ਨਹੀਂ ਜਿਹਦੇ ਪੈਸੇ ਲਈ, ਥੋੜੇ ਥੋੜੇ 2,500 5,000 11,000 ਬਸ ਇੰਨਾ। ਹੁਣ ਸੰਤੁਸ਼ਟ ਹੋ ਜ਼ਿੰਦਗੀ ਤੋਂ ਨਿਰਮਲ ਜੀ? ਅੱਛਾ, ਗੁੱਗੂ ਗਿੱਲ ਉਹਨਾਂ ਨੇ ਤੁਹਾਨੂੰ ਫੋਨ ਕੀਤਾ ਸੀ ਕਿ ਗੱਲ ਕਰੋ ਭੈਣ ਜੀ ਉਹਨਾਂ ਨਾਲ, ਜਦੋਂ ਤੁਹਾਨੂੰ ਪਦਮ ਸ਼੍ਰੀ ਲਈ ਵਾਜਿਆ ਗਿਆ ਕਿ ਉਹਨਾਂ ਨੂੰ ਫੋਨ ਕੀਤਾ, ਫਿਰ ਤੁਹਾਨੂੰ ਡੀਪੀਆਰ ਥਰੂ ਪਤਾ ਇਹ ਸਾਰੀ ਗੱਲ ਪਤਾ ਲੱਗੀ? ਹਾਂਜੀ। ਅੱਛਾ, ਕੱਲ ਜਦੋਂ ਤੁਹਾਨੂੰ ਪਦਮ ਸ਼੍ਰੀ ਅਵਾਰਡ ਮਿਲਿਆ, ਦਿਲ ਦੇ ਵਿੱਚ ਕੀ ਚੱਲ ਰਿਹਾ, ਮਨ ਦੇ ਵਿੱਚ ਕੀ ਚੱਲ ਰਿਹਾ? ਕੁਛ ਨਹੀਂ, ਬਸ ਉਹਦੇ ਜਿਹੜਾ ਦੇਖ ਹੀ ਜਾ ਰਹੇ ਸੀ ਅਸੀਂ ਸਾਰਿਆਂ ਨੂੰ ਅਵਾਰਡ ਲੈਂਦੇ, ਦਿਮਾਗ 'ਚ ਕੁਛ ਵੀ ਨਹੀਂ ਸੀ ਹੋਰ। ਬੜੇ ਅੱਛੇ ਲੋਕ ਉੱਥੇ ਆਏ, ਬੜੇ ਅੱਛੇ ਲੋਕ ਮਿਲੇ ਮੈਨੂੰ। ਅੱਛਾ, ਪੰਜਾਬੀ ਫਿਲਮ ਦੇ ਕਰੀਅਰ ਅੱਗੇ ਕਿਵੇਂ ਦੇਖਦੇ ਹੋ ਕਿ ਜਿਵੇਂ ਸਾਊਥ ਦਾ ਸਿਨੇਮਾ ਬਹੁਤ ਅੱਪ ਹੋ ਰਿਹਾ ਹੈ, ਪੰਜਾਬ ਦਾ ਸਿਨੇਮਾ ਵੀ ਅੱਪ ਹੋਊਗਾ? ਬੜੇ ਮੁੰਡੇ ਬਹੁਤ ਮਿਹਨਤੀ ਹੈ, ਮਿਹਨਤ ਨਾਲ ਕੰਮ ਕਰ ਰਹੇ ਨੇ ਸਾਰੇ, ਪ੍ਰੋਡਿਊਸਰ ਵੀ ਮਤਲਬ ਸਭ ਧਿਆਨ ਰੱਖਦੇ ਨੇ, ਬਹੁਤ ਅੱਛਾ ਹੋ ਰਿਹਾ ਸਾਰਾ। ਅੱਛਾ, ਪਰਿਵਾਰ ਦੇ ਵਿੱਚੋਂ ਜਿਹੜੇ ਤੁਹਾਡੇ ਹੋਰ ਉਸ ਵਕਤ ਦੇ ਜਾਂ ਤੁਹਾਡੇ ਸਾਥੀ ਜਿਹੜੇ ਕਲਾਕਾਰ ਸੀ ਉਹ ਮਿਲਦੇ, ਜਿਵੇਂ ਟਵਾਣਾ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਸੀ ਕਿ ਉਹ ਤੁਸੀਂ ਉਹਦੇ ਨਾਲ ਜੁੜੇ ਹੋਏ ਸੀ, ਮਤਲਬ ਡਰਾਮਾ ਲੈ ਕੇ ਥੀਏਟਰ ਦੇ ਵਿੱਚ ਟਿਕਟਾਂ ਜਿਹੜੀਆਂ ਨੇ ਉਹ ਉਹਨਾਂ ਨੇ ਕੀਤੀਆਂ, ਕਿ ਜਿਹੜੇ ਲੋਕ ਵੇਖਣ ਦੇ ਟਿਕਟਾਂ ਲੈ ਕੇ ਵੇਖਣ ਆਉਣ, ਹੁਣ ਤੱਕ ਵੀ ਤੁਸੀਂ ਉਹ ਸੇਵਾ ਨਿਭਾ ਰਹੇ ਹੋ ਉਹਨਾਂ ਦੇ ਬੇਟੇ? ਹਾਂਜੀ, ਉਹਨਾਂ ਦੇ ਬੇਟੇ ਨਾਲ ਮੈਂ ਕਰਦੀ ਹਾਂ, ਮਨਪਾਲ ਨਾਲ ਕਰਦੀ ਹਾਂ ਮੈਂ ਡਰਾਮਾ, ਹੁਣ ਵੀ ਡਰਾਮਾ ਹੁਣ ਵੀ ਕਰਕੇ ਆਈ ਹਾਂ। ਅੱਛਾ, ਆਉਣ ਵਾਲੇ ਪੰਜਾਬੀ ਸਿਨੇਮੇ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਕਿ ਇਹਨੂੰ ਹੋਰ ਸਾਫ ਸੁਥਰਾ ਹੋਰ ਅਪ ਕਿਸ ਤਰੀਕੇ ਨਾਲ ਲੈ ਕੇ ਜਾਣਾ? ਸਾਫ ਸੁਥਰਾ ਤਾਂ ਹੈ ਜੀ, ਸਾਫ ਸੁਥਰੇ ਵਾਲੀਆਂ ਸਾਡੀ ਆਡੀਅੰਸ ਨਹੀਂ ਪਸੰਦ ਕਰਦੀ, ਫਿਲਮਾਂ ਤਾਂ ਬਹੁਤ ਅੱਛੀ ਅੱਛੀ ਆਈਆਂ ਪਰ ਉਹ ਚੱਲਦੀਆਂ ਨਹੀਂ, ਫਿਰ ਹੁਣ ਜਿਹੜਾ ਪ੍ਰੋਡਿਊਸਰ ਪੈਸੇ ਲਾਊਗਾ ਉਹਨੂੰ ਪੈਸਾ ਤਾਂ ਰਿਟਰਨ ਤਾਂ ਮਿਲਣੀ ਚਾਹੀਦੀ। ਬਿਲਕੁਲ ਬਿਲਕੁਲ, ਤੇ ਹੁਣ ਅੱਛੀਆਂ ਫਿਲਮਾਂ ਬਣਾਉਂਦੇ ਨੇ ਬਹੁਤ ਅੱਛੀਆਂ। ਅੱਛਾ, ਇਹਨੂੰ ਹੋਰ ਅੱਪ ਲੈ ਕੇ ਜਾਣ ਲਈ ਤੁਹਾਨੂੰ ਕੀ ਚਾਹੀਦਾ ਲੱਗਦਾ ਹੈ ਕਿ ਕੁਛ ਹੋਰ ਕਰਨਾ ਚਾਹੀਦਾ ਹੈ? ਕੁਛ ਨਹੀਂ, ਅੱਛੀਆਂ ਸਟੋਰੀਆਂ ਹੁੰਦੀਆਂ, ਅੱਛੇ ਸਾਰਾ ਕੁਛ ਅੱਛਾ ਹੀ ਹੈ। ਕੁਛ ਹੁੰਦਾ ਨਾ ਕਿ ਆਹ ਮੇਰੇ ਮਨ ਦੇ ਵਿੱਚ ਆਹ ਚੱਲ ਰਿਹਾ ਹੈ ਕਿ ਇਹ ਉੱਪਰ ਲੈ ਕੇ ਜਾਈਏ, ਇਸ ਨੂੰ ਕਿਸ ਤਰੀਕੇ ਨਾਲ ਉੱਪਰ ਲੈ ਕੇ ਜਾਈਏ, ਜਿਵੇਂ ਪੰਜਾਬ ਪੰਜਾਬੀ ਫਿਲਮਾਂ ਦਾ ਹੁਣ ਬਹੁਤ ਸਾਰਾ ਗ੍ਰਾਫ ਉੱਪਰ ਜਾ ਰਿਹਾ ਹੁਣ ਤਾਂ ਪੰਜਾਬੀ। ਆਲਰੇਡੀ ਉੱਪਰ ਜਾ ਰਿਹਾ। ਅੱਛਾ, ਇਹਨੂੰ ਇਹਦਾ ਸਿਰੇ ਕਿਹਨੂੰ ਮੰਨਦੇ ਹੋ ਕਿ ਇਹਦਾ ਸਿਰਾ ਕਿਹਨੂੰ ਦੇਣਾ ਚਾਹੋਗੇ ਜਿਹੜਾ ਪੰਜਾਬੀ ਸਿਨੇਮਾ ਅੱਪ ਹੋ ਕੇ ਉੱਪਰ ਆਇਆ? ਆਪਣੇ ਨਵੇਂ ਰਾਈਟਰ ਡਾਇਰੈਕਟਰ ਸਭ ਹੀ ਕਰ ਰਹੇ ਆ, ਕਿਉਂਕਿ ਹਰ ਚੀਜ਼ ਹੀ ਇੱਥੇ ਚੁੱਕਦੀ ਹੈ, ਹੌਲੀ 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 ਉੱਪਰ ਜਾਂਦੀ ਹੈ, ਪਹਿਲਾਂ ਵੀ ਅੱਛਾ ਸੀ ਹੁਣ ਵੀ ਅੱਛਾ ਤੇ ਹੁਣ ਹੋਰ ਵੀ ਅੱਛਾ ਜਾ ਰਿਹਾ। ਅੱਛਾ, ਕੁਝ ਹੋਰ ਨਿਰਮਲ ਜੀ ਹੁਣੀ ਕਹਿਣਾ ਚਾਹੁੰਦੇ ਹੋਣ, ਕੋਈ ਮਨ ਦੇ ਵਿੱਚ ਕੋਈ ਹੋਵੇ ਕਿ ਮੈਂ ਆਹ ਚੀਜ਼ ਦਾ ਸੰਦੇਸ਼ ਦੇਣਾ ਚਾਹੁੰਦੇ ਹੋ ਨਵੇਂ ਕਲਾਕਾਰਾਂ ਨੂੰ, ਨਵੇਂ ਬੱਚਿਆਂ ਨੂੰ ਜਿਹੜੇ ਥੀਏਟਰ ਕਰ ਰਹੇ ਨੇ? ਲਗਾਤਾਰ ਲੱਗੇ ਰਹੋ, ਕੋਈ ਨਾ ਕੋਈ ਦਿਨ ਜ਼ਰੂਰ ਆਊਗਾ ਵੀ ਤੁਸੀਂ ਬੱਚੇ। ਅੱਛਾ, ਉਹ 1967 ਦੇ ਵਿੱਚ ਤੁਸੀਂ ਕੀਤੀ ਸੀ ਸ਼ੁਰੂਆਤ? ਹਾਂਜੀ। ਤੇ ਅੱਜ ਕਿੰਨਾ ਸਮਾਂ ਹੋ ਗਿਆ ਪੰਜਾਬੀ ਫਿਲਮਾਂ ਦੇ ਕੰਮ? ਕਾਫੀ ਹੋ ਗਿਆ, ਦਿਨ ਲੋ ਸਾਲ ਬਹੁਤ ਹੋ ਗਏ, 40-45 ਸਾਲ ਹੋ ਗਏ। ਤੇ ਕਿਵੇਂ ਹੁਣ ਅੱਗੇ ਕੀ ਚਾਹੁੰਦੇ ਹੋ ਵੀ ਅੱਗੇ ਜ਼ਿੰਦਗੀ ਚ ਕਰਨਾ ਕੀ ਹੈ? ਨਰਮ ਬਸ ਇਹੀ ਕਰੂੰਗੀ ਜੀ, ਹੋਰ ਮੈਂ ਕੀ ਕਰਨਾ। ਅੱਛਾ, ਕੁਝ ਇਹ ਵੀ ਸੋਚਿਆ ਮਨ ਦੇ ਵਿੱਚ ਕਿ ਕੋਈ ਡਰਾਮਾ ਥੀਏਟਰ ਕੁਝ ਖੋਲ ਖੁਦ ਵੀ ਖੋਲ ਕੇ ਰੱਖਾਂ ਕਿ ਬੱਚੇ ਨਵੇਂ ਜਿਹੜੇ ਆ ਰਹੇ ਨੇ ਉਹਨਾਂ ਨੂੰ ਇੱਕ ਤਾਂ ਡਰਾਮੇ ਬਾਰੇ, ਫਿਲਮਾਂ ਬਾਰੇ ਦੱਸਣਾ, ਥੀਏਟਰ ਬਾਰੇ ਦੱਸਣਾ, ਕੋਈ ਜ਼ਿੰਦਗੀ ਦੇ ਲੈਸਨ ਵੀ ਪੜਾਏ ਜਾਣ ਉਹਨਾਂ ਨੂੰ? ਬਸ ਜ਼ਿੰਦਗੀ ਦੇ ਲੈਸਨ ਬੱਚਿਆਂ ਕੋਲ ਬਹੁਤ ਹੈਗੇ ਅੱਜ ਕੱਲ੍ਹ ਦੇ ਬੱਚਿਆਂ ਕੋਲ, ਯੂਟਿਊਬ ਤੇ ਵੀ ਸਾਰਾ ਕੁਛ ਆ ਜਾਂਦਾ, ਬਹੁਤ ਦੱਸਣਗੇ ਹੋਣ। ਠੀਕ ਹੈ, ਤੁਹਾਡਾ ਬਿਜ਼ੀ ਸ਼ਡਿਊਲ ਸੀ, ਤੁਸੀਂ ਸਾਨੂੰ ਸਮਾਂ ਦਿੱਤਾ, ਧੰਨਵਾਦ ਤੁਹਾਡਾ ਫਿਲਮ ਦੇ ਸੈੱਟ ਤੋਂ। ਤਾਂ ਬਿਲਕੁਲ ਨਿਰਮਲ ਰਿਸ਼ੀ ਹੋਣਾਂ ਨੇ ਸਾਰਾ ਕੁਝ ਦੱਸਿਆ ਕਿਵੇਂ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਹੋਈ, ਕਿਵੇਂ ਉਹਨਾਂ ਨੇ ਇਹ ਸਾਰਾ ਸਫ਼ਰ ਤੈਅ ਕੀਤਾ। ਤਾਂ ਉਹ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਵਧੀਆ ਨੇ, ਬੜਾ ਵਧੀਆ ਕਰ ਰਹੇ ਨੇ, ਪੰਜਾਬੀ ਸਿਨੇਮਾ ਜਿਹੜਾ
ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅੱਪ ਹੋਵੇਗਾ। ਫਿਲਹਾਲ ਇਹਦੇ ਇਜਾਜ਼ਤ, ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ ਖਹਿਰਾ, ਮਾਈ ਪੰਜਾਬੀ ਟੀਵੀ।